रखी सी। कल सानू खबरां मिलियां सी कि कुछ लोग शरारतां कर रहे हैं कि किसान जथेबंदियों के नाम के उत्ते डिस्टर्बेंस पैदा कर रहे हैं। असी पहले भी उन्होंने बेनती की काफ़ी सीधी गल करके कि देखो दलित समाज का ये अपना एक अपने घर इकट्ठ तो तुसी जिहड़ी है किसी पोलिटिकल पार्टी नूं इस तरह करन तो रोक नहीं सकते। मैं SSP साहब नूं जिम्मेवारी समझते हुए इनफॉर्म किया कि ये इस तरह के मैसेज पै रहे हैं, सानू काफ़ी लोगों ने दस्या खास तौर पर चमकौर साहब वाले पासे तो जिहड़ी है कुछ वर्कर इकट्ठे किए जा रहे हैं, साडे हल्के की ज़्यादा मूवमेंट नहीं है। तो तुसी ये इंश्योर करो कि ये इस तरह जिहड़ी भरा मारू जंग है ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਹੋਏਗੀ ਤਾਂ ਇਹ ਗਲਤ ਕੰਮ ਹੋਏਗਾ। ਅੱਜ ਸਾਡਾ ਪ੍ਰੋਗਰਾਮ ਸੀ, ਫਿਰ ਵੀ ਮੈਂ ਆਪਣੀ ਜ਼ਿੰਮੇਵਾਰੀ ਸਮਝੀ, ਮੈਂ ਸਰਦਾਰ ਹਰਦੇਵ ਸਿੰਘ ਲੱਖੋਵਾਲ ਸਾਹਿਬ ਨੂੰ ਫੋਨ ਕੀਤਾ ਕੱਲ੍ਹ, ਆਪ ਕਿਉਂਕਿ ਸਾਡੇ ਪੁਰਾਣੇ ਸੰਬੰਧ ਹੈ, ਮੈਂ ਕਿਹਾ ਤੁਹਾਡਾ ਕੋਈ ਕਿਸੇ ਜਥੇਬੰਦੀ ਦਾ ਪ੍ਰੋਗਰਾਮ? ਉਹ ਕਹਿੰਦੇ ਸਾਡਾ ਕੋਈ ਪ੍ਰੋਗਰਾਮ। ਕਹਿੰਦੇ ਅਸੀਂ ਸਾਰੇ 31 ਜਥੇਬੰਦੀਆਂ ਨੇ ਕਹਿਤਾ ਕਿ ਇਸ ਤਰ੍ਹਾਂ ਦਾ ਸਵਾਏ BJP ਤੋਂ ਇਲਾਵਾ ਕਿਸੇ ਜਥੇਬੰਦੀ ਦਾ ਕੋਈ ਵਿਰੋਧ ਨਹੀਂ ਹੈ। ਮੈਂ ਉਸ ਤੋਂ ਬਾਅਦ ਸਰਦਾਰ ਬਲਵੀਰ ਸਿੰਘ ਰਾਜੇਵਾਲ ਸਾਹਿਬ ਨਾਲ ਫੋਨ 'ਤੇ ਆਪ ਗੱਲ ਕੀਤੀ, ਉਹਨਾਂ ਨੇ ਵੀ ਮੈਨੂੰ ਕਿਹਾ ਕਹਿੰਦੇ ਆਪਣੇ ਆਪ ਹੀ ਥੱਲੇ ਥੱਲੇ ਕਈ ਲੋਕ ਹੁਣ ਕੈਂਡੀਡੇਟ ਇਲੈਕਸ਼ਨ ਲਾ ਕੇ ਬਣ ਜਾਂਦੇ ਆ, ਸਾਡਾ ਬਿਲਕੁਲ ਨਹੀਂ। ਕਹਿੰਦੇ ਅਸੀਂ ਤਾਂ ਬੜਾ ਸਪਸ਼ਟ ਕਲੀਅਰ ਕੀਤਾ ਹੋਇਆ, ਮੈਂ ਹੁਣ ਫਿਰ ਕਲੀਅਰ ਕਰਦਾ, ਸਾਡਾ ਕੋਈ ਪ੍ਰੋਗਰਾਮ ਕਿਸੇ ਤਰ੍ਹਾਂ ਦਾ ਨਹੀਂ। ਮੈਂ ਸਾਡੇ ਥੇੜੀ ਸਾਹਿਬ ਸਿੱਧੂਪੁਰ ਦੇ ਲੀਡਰ ਨੇ ਵੱਡੇ ਭਲੂਆਂ ਤੋਂ ਉਹਨਾਂ ਨਾਲ ਟੈਲੀਫੋਨ 'ਤੇ ਗੱਲ ਕੀਤੀ, ਉਹਨਾਂ ਨੇ ਕਿਹਾ ਸਾਡਾ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ। ਉਸ ਤੋਂ ਬਾਅਦ ਮੈਂ ਹਰਮੀਤ ਸਿੰਘ ਕਾਦੀਆਂ ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੇ ਮੈਨੂੰ ਬੜੇ ਸਤਿਕਾਰ ਨਾਲ ਕਿਹਾ ਕਿ ਅੰਕਲ ਸਵਾਲ ਹੀ ਪੈਦਾ ਨਹੀਂ ਹੁੰਦਾ, ਸਾਡਾ ਕੋਈ ਨਾਂ ਵਰਤੀ ਜਾਵੇ ਮੈਨੂੰ ਦੱਸ ਦਿਓ, ਜੇ ਕੋਈ ਬੰਦਾ ਹੈ ਤਾਂ ਮੈਂ ਹੁਣੇ ਕਹਿ ਦਾਂ ਵੀ ਸਾਡਾ ਮਤਲਬ। ਸਾਰੀਆਂ ਜਥੇਬੰਦੀਆਂ ਨੇ ਕਹਿ ਦਿੱਤਾ ਕਿ ਸਾਡਾ ਕਿਸੇ ਵੀ ਤਰੀਕੇ ਕਿਸੇ ਹੋਰ ਪੋਲੀਟੀਕਲ ਪਾਰਟੀ ਦਾ ਵਿਰੋਧ ਕਰਨ ਦਾ ਪ੍ਰੋਗਰਾਮ ਹੈ। ਫਿਰ ਸਾਨੂੰ ਖੋਜ ਕਰਨ 'ਤੇ ਪਤਾ ਲੱਗਿਆ, ਸਾਡੇ ਪ੍ਰਧਾਨ ਸਾਹਿਬ ਨੇ ਕਾਫੀ ਖੋਜ ਕੀਤੀ ਵੀ ਆਮ ਆਦਮੀ ਪਾਰਟੀ ਦੇ ਵਰਕਰ ਐਕਟਿਵ ਹੋਏ ਪਏ ਆ, ਜਿਹੜੇ ਚਮਕੌਰ ਸਾਹਿਬ ਹਲਕੇ ਤੋਂ ਕੁਝ ਰੇਤਾ ਦੇ ਵਪਾਰੀ ਜਿਹੜੇ 2 ਨੰਬਰ ਦੇ ਧੰਦੇ ਬੜੇ ਲੰਬੇ ਸਮੇਂ ਤੋਂ ਕਰਕੇ ਮਾਲ ਲੁੱਟਿਆ ਵੀ ਉਹ ਕੁਛ ਬੰਦਿਆਂ ਨੂੰ ਪਿੰਡਾਂ ਦੇ ਵਿੱਚ ਫਿਰ ਕੇ ਉਤਸ਼ਾਹਿਤ ਕਰ ਰਿਹਾ ਕਿ ਅਸੀਂ ਉੱਧਰੋਂ ਬੰਦੇ ਭੇਜਾਂਗੇ ਵੀ ਸਾਡੇ ਇਲਾਕੇ 'ਚੋਂ ਤਾਂ ਰਿਸਪੋਂਸ ਨਹੀਂ ਹੈ ਅਤੇ ਚਮਕੌਰ ਸਾਹਿਬ ਇਲਾਕੇ 'ਚੋਂ ਅਸੀਂ ਲਾਗੋ ਲਾਗੋ ਕੁਛ ਭੇਜਾਂਗੇ ਅਤੇ ਉਹ ਜਿਹੜਾ ਕੋਈ ਜਿਹੜੇ ਟੋਕਨ ਜਿਹੇ ਬੰਦੇ ਉੱਤੇ ਵਿਰੋਧ ਕਰ ਸਕਦੇ ਆ, ਹੋਰ ਕੋਈ ਨਹੀਂ। ਫਿਰ ਵੀ ਅਸੀਂ DSP ਨੂੰ ਵੀ ਕੱਲ੍ਹ ਸ਼ਾਮੀ ਮੈਂ ਦੱਸਤਾ, ਅੱਜ ਸਵੇਰੇ ਵੀ ਦੱਸ ਦਿੱਤਾ, SSP ਨੂੰ ਵੀ ਦੱਸ ਦਿੱਤਾ, ਪਰ ਅਸੀਂ ਆਪਣੇ ਸਾਰੇ ਜਿਹੜੇ ਦੋਵਾਂ ਪਾਰਟੀਆਂ ਦੀ ਚੰਗੀ ਸਾਡੀ ਸ਼ਕਤੀ ਸੀ, ਅਸੀਂ ਸਾਰੇ ਬੰਦੇ ਆਪ ਵੀ ਇਕੱਠੇ ਹੋ ਕੇ ਗਏ ਕਿ ਅਸੀਂ ਪੀਸਫੁਲੀ ਆਪਣਾ ਕੰਮ ਕਰਨਾ, ਅਸੀਂ ਕਿਸੇ ਦਾ ਡਿਸਟਰਬ ਵੀ ਨਹੀਂ ਕਰਨਾ ਚਾਹੁੰਦੇ, ਲੇਕਿਨ ਅਸੀਂ ਇਸ ਗੱਲ ਦੇ ਉੱਤੇ ਕਿਸੇ ਵੀ ਝੁਕਣ ਨੂੰ ਵੀ ਤਿਆਰ ਨਹੀਂ ਕਿ ਸਾਨੂੰ ਕੋਈ ਇਹ ਕਹੇ ਕਿ ਤੁਸੀਂ ਆਹ ਫਲਾਣੇ ਪਿੰਡ ਦੇ ਵਿੱਚ ਪ੍ਰੋਗਰਾਮ ਨਹੀਂ ਕਰਨਾ। ਇਹ ਅਕਾਲੀ ਦਲ ਦੇ ਇਤਿਹਾਸ 'ਚ ਲਿਖਿਆ ਨਹੀਂ ਅਤੇ ਨਾ ਅਸੀਂ ਹੋਣ ਦੇਵਾਂਗੇ, ਇਹ ਗੱਲ ਅਸੀਂ SSP ਸਾਹਿਬ ਨੂੰ ਵੀ ਬੜੀ ਕਲੀਅਰ ਕਰ ਦਿੱਤੀ। ਪਰ ਮੈਨੂੰ ਅਫਸੋਸ ਹੈ ਕਿ ਜਿਹੜਾ DSP ਰੂਰਲ ਹੈ ਉਹਨੇ ਰੂਲਿੰਗ ਪਾਰਟੀ ਨੂੰ ਖੁਸ਼ ਕਰਨ ਵਾਸਤੇ ਆਪਣੀ ਵਰਦੀ ਦੇ ਨਾਲ ਬਹੁਤ ਵੱਡੀ ਅੱਜ ਗਦਾਰੀ ਕੀਤੀ, ਇਨਐਫੀਸ਼ੈਂਸੀ ਦਿਖਾਈ, ਆਪਣਾ ਕ੍ਰਿਮੀਨਲ ਮੈਂ ਕਹਿ ਸਕਦਾ ਕਿ ਮਿਸਕੰਡਕਟ ਦਿਖਾਇਆ ਅਤੇ ਦਲਿਤ ਵਰਗ ਜੇ ਅੱਜ ਉੱਥੇ ਅਪਮਾਨਿਤ ਹੋਇਆ ਉਹਦੇ ਵਾਸਤੇ ਵੱਡੀ ਜ਼ਿੰਮੇਵਾਰੀ ਜਿਹੜੀ ਹੈ DSP ਰੂਰਲ ਦੀ ਬਣ ਗਈ। ਦੇਖੋ ਅਸੀਂ ਸਵੇਰ ਦੇ ਮਿਨਟ ਮਿਨਟ 'ਤੇ ਉਹਨੂੰ ਇਨਫਾਰਮ ਕਰਦੇ ਰਹੇ ਕਿਉਂਕਿ ਅਸੀਂ ਜ਼ਿੰਮੇਵਾਰੀ ਨਾ ਕਿਸੇ ਨੇ ਵਿਰੋਧ ਕਰਨਾ, ਮੈਂ ਕਿਹਾ 1000 ਵਾਰੀ ਕੋਈ ਵਿਰੋਧ ਕਰੇ, ਸ਼ਾਂਤਮਈ ਤਰੀਕੇ ਨਾਲ ਹੱਕ ਆ, ਕਿਸੇ ਨੇ ਇਲੈਕਸ਼ਨ ਲੜਨੀ ਆ ਜਾਂ ਸਾਡੇ ਵੱਲੋਂ 1000 ਕੈਂਡੀਡੇਟ ਬਣ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ। ਜਿਹੜੀ ਕੋਈ ਪਾਰਟੀ ਟਿਕਟ ਦਿੰਦੀ ਆ ਟਿਕਟ ਲੈ ਲਓ, ਨਹੀਂ ਮਿਲਦੀ ਤਾਂ ਇਜਾਜ਼ ਲੈ ਲਓ, ਸਾਨੂੰ ਕੀ। ਜਦੋਂ ਇਲੈਕਸ਼ਨ ਹੁੰਦੀ ਹੈ ਸਾਡਾ ਕੋਈ ਨਹੀਂ, ਕੋਈ 1000 ਬੰਦਾ ਵੀ ਇਕੱਠਾ ਹੋ ਕੇ ਕੋਈ ਆਪਣਾ ਕਰਨਾ ਚਾਹੁੰਦਾ ਆਪਣਾ ਜਿੱਥੇ ਮਰਜ਼ੀ ਵੱਖਰਾ ਕਰ ਲਓ, ਸਪੀਕਰ ਲਾਉਣ, ਸਾਨੂੰ ਗਾਲਾਂ ਕੱਢਣ, ਜੋ ਮਰਜ਼ੀ ਕਰਨ, ਅਸੀਂ ਡੈਮੋਕ੍ਰੇਟਿਕ ਲੋਕ ਹਾਂ, ਅਸੀਂ ਕਦੀ ਵੀ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ। ਲੇਕਿਨ DSP ਨੇ ਪਹਿਲਾਂ ਤਾਂ ਸਾਨੂੰ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਵੀ ਤੁਸੀਂ ਨਾ ਜਾਓ, ਉਹ ਅਸੀਂ ਕਹਿ ਰਹੇ ਅਸੀਂ ਜਾਵਾਂਗੇ ਆਪਣੇ ਰਸਤੇ 'ਤੇ ਜਾਵਾਂਗੇ। ਹੁਣ 3 ਰਸਤੇ ਉਸ ਜਿਹੜੀ ਵੈਨਿਊ ਨੂੰ ਜਾਂਦੇ ਸੀ ਪਿੰਡ ਦੇ ਵਿੱਚ ਹੈ, ਇੱਕ ਰਸਤਾ ਜਿਹਦੇ ਤੋਂ ਅਸੀਂ ਜਾ ਰਹੇ ਸੀ ਇਹਨਾਂ ਨੂੰ ਇਨਫਾਰਮ ਕਰਕੇ, ਇਹਨਾਂ ਦੀ ਡਿਊਟੀ ਬਣਦੀ ਸੀ, ਪਹਿਲਾਂ ਥੋੜ੍ਹੇ ਜਿਹੇ ਬੰਦੇ ਸੀਗੇ, ਪਿੰਡ ਦਾ ਇੱਕ ਬੰਦਾ ਨਹੀਂ ਸੀ। ਮੈਂ ਇਹ ਵੀ ਪਿੰਡ ਵਾਲਿਆਂ ਦੀ ਤਾਰੀਫ ਕਰਦਾ ਕਿ ਪਿੰਡ ਵਾਲੇ ਅਤੇ ਕਾਂਗਰਸ ਦੇ ਧੜੇ ਨੇ ਵੀ ਮੈਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਜਿਵੇਂ ਮਰਜ਼ੀ ਪ੍ਰੋਗਰਾਮ ਕਰੋ, ਇਹ ਸਾਡਾ ਨਾ ਕੋਈ ਕੱਲ੍ਹ ਨੂੰ ਤੁਹਾਨੂੰ ਕਹੋ ਸਾਡਾ ਪਿੰਡ ਦਾ ਕੋਈ ਵਿਰੋਧ ਨਹੀਂ, ਸਾਡੇ ਪਿੰਡ ਜਾਂ ਪਿੰਡ ਦੀ ਇਹ ਉਹਨਾਂ ਦੀ ਖਾਸੀਅਤ ਹੈ, ਮੈਂ ਜਿਹਦਾ ਚੰਗਾ ਕੰਮ ਕਿਸੇ ਨੇ ਕੀਤਾ ਮੈਂ ਜ਼ਰੂਰ ਕਹਿਣਾ ਚਾਹੁੰਦਾ। ਉਹਨਾਂ ਕਿਹਾ ਸਾਡਾ ਕੋਈ ਵਿਰੋਧ ਨਹੀਂ, 12 ਬੰਦੇ ਜਿਹੜੇ ਸੀ 25-30-40 ਉੱਥੇ ਆਏ ਅਤੇ ਸਾਡੇ ਬਿਲਕੁਲ ਜਦੋਂ ਅਸੀਂ ਉੱਥੇ ਆਪਣੀਆਂ ਗੱਡੀਆਂ ਪਾਰਕਿੰਗ ਕਰਕੇ ਇਕੱਠੇ ਕਾਫਲੇ ਦੇ ਰੂਪ ਵਿੱਚ ਜਾਣ ਲੱਗੇ ਸੀ,
बिल्कुल एंट्री के उत्ते साडी सीधी कलैश जिहड़ी आ इह पुलिस ने करवाई, पर असीं रुके नहीं, उन्होंने रोकने की कोशिश की। साडी गिनती बहुत सी, असीं सीधा अपने वेन्यू ते पहुँचे। इन्नी गिनती के सामने इन्ने बंदियां दा पता हुंदा की है, साडे भी वर्कर जिहड़े इस गल्लों तगड़े सी, मैं वर्करां नूं भी शाबाश दिंदा कि कोई डरिया नहीं। असीं अपनी स्टेज चलाई, अपना प्रोग्राम किया। जदों पुलिस नूं लग्गिया कि इन्हां दा कम कामयाब हो गया, कि इन्हां दी स्टेज चल पई, दूजी चल रही, वह बाहर नारे मारते रहे सीगा मारी जाओ, साडे भी नौजवान नारे बराबर ते मारते रहे। फिर पुलिस ने उन्होंने जिहड़ा अलाउ किया कि स्पीकर भी मौके ते लाए, उन्ने टाइम के सानू कही गया कि काली कर लो, काली असी क्या गोली चल चली, इदा असी कालिया कर लगे पिंडा दे विचों, फिर तो साडा काम दूजा पूरा हो जूगा। पर इन्नी मुड़ी भुगता कि उन्होंने कोल स्पीकर है नहीं सी, ते उन्नी देर च स्पीकर भी लिया के पुलिस ने उन्होंने देता कि तुसी बिल्कुल विच खड़ के खरूद जिन्ना कर सकते हो वह करो। एक तो मैं SSDIG साहब नूं फोन करके भी जिहड़ी है उहदी करती, असी पार्टी वालों DGP लैवल दे उत्ते भी जिहड़ी है ये टेकअप करांगे कि जिहड़ी अफसर दी मुड़ी भुगता, क्योंकि इदा जिहड़े कलू कतल होणगे पिंड, ये कोई छोटी जी गल नहीं है। जे अफसर इदा नाल यूनीफॉर्म वाले जिहड़े आ इदा मिल भुगत करके किसी पोलीटिकल पार्टी अप डाउन करने वास्ते इदा दी हरकतां करनगे, तो कल बड़े वड्डे नुकसान हो सकते हैं। इस करके मैं हाले SSP नूं भी डिटेल दसूँगा, DI साहब नूं मैं फोन करके दसती। असी पार्टी लैवल के उत्ते DGP नाल भी जिहड़ी है उहदी अफसर की कारगुजारी कि तीन रूट सी, जदों साडा फंक्शन चल रहा सी ते बाद च रौला पै गया, मैं SSP नूं कहा, फिर SP भेजा उन्होंने, एक नाल DSP होर भेजा, वो पिछले रूट तो आराम नाल गड्डियां लैके मेरे वैन्यू ते आ गए। जदों असीं खत्म कीता तो असीं आराम नाल दूजे रस्ते तो चले गए। जे तीन रूट सी तां सानूं सेम रूट ते जिहड़े ते बैठे सी बैठे रहिंदे, सानूं दूजे रूट ते लिजा सकदे सी। जे इहो जी नैगलीजेंस नहीं हुंदी है, ये मिली भुगत हुंदी है जान बुझ के, जे अफसर इन्नी भी जिम्मेवारी नहीं निभा सकते तो इहो जे अफसरां ने कल की करना बंदे बन के। इस करके एक तो इस चीज़ का दुख है, दूजा है कि जो साडा सीगा पेश